नमस्कार, फास्ट न्यूज इंडिया में आप सभी का स्वागत है। मामला तरन तारण पट्टी में पड़ते पुलिस चौकी सबरा का है, जहां एक व्यक्ति जिसकी तेज धार हथियार से जगतार नामक व्यक्ति द्वारा हत्या कर दी गई थी। दोषी को गिरफ्तार ना किए जाने के रोष में परिवार वालों ने गांव वालों के साथ मिलकर मृतक की लाश को चौकी के बाहर रखकर धरना प्रदर्शन किया और दोषी को गिरफ्तार करने की मांग रखी। देखिए तरन तारण से जगतार सिंह की खास रिपोर्ट। ਨਾਗਵੀਰ ਜੀ ਆਪਣਾ ਦਲਜੀਤ ਸਿੰਘ ਕੀ ਗੱਲ ਹੋਈ ਆ? ਬੜਾ ਤਨਾ ਲਾਇਆ ਤੁਸੀਂ ਚੌਂਕੀ ਕੋਈ ਘੜੀ। ਹਾਂਜੀ, ਕੱਲ੍ਹ ਪਾਪਾ ਜੀ ਦਾ ਕਤਲ ਹੋ ਗਿਆ ਜੀ, ਜਗਤਾਰ ਸਿੰਘ ਨੇ ਕੀਤਾ। ਬਾਕੀ ਕੱਲ੍ਹ ਦੀ ਕੋਈ ਵੀ ਕਾਰਵਾਈ ਨਹੀਂ ਹੋਈ। ਰਾਤ ਉਹ ਇੱਥੇ ਆਪਣਾ ਮੰਡੀ 'ਚ ਕੰਮ ਕਾਰ ਕਰਦਾ ਰਿਹਾ, ਸਕੂਲੋਂ ਬੱਚੇ ਲੈ ਕੇ ਗਿਆ ਵਾ, ਅਤੇ ਪੁਲਿਸ ਵਾਲਿਆਂ ਦੀ ਨਵੇਲੀ ਨਾਲ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਅਕੈਡਮੀ 'ਚ ਬੱਚੇ ਲੈ ਕੇ ਗਿਆ ਆਪਣੇ ਉਹ ਕੱਲ੍ਹ। ਕੀ ਮੰਗ ਕਰਦੇ ਜੋ? ਆਪਾਂ ਮੰਗ ਇਹੋ ਕਰਦੇ, ਆਪਾਂ ਨੂੰ ਇਨਸਾਫ ਚਾਹੀਦਾ ਵਾ, ਆਪਣੀ ਕੋਈ ਮੰਗ ਨਹੀਂ, ਸਾਨੂੰ ਉਹ ਬੰਦਾ ਚਾਹੀਦਾ ਬਸ, ਸਾਡੇ ਪਾਪਾ ਕਤਲ ਕਰਨ ਵਾਲਾ ਜਗਤਾਰ ਸਿੰਘ ਉਹਦਾ ਨਾਮ। ਜਸਵੀਰ ਸਿੰਘ ਜੀ, ਕੀ ਗੱਲ ਹੋਈ ਆੜਾ ਚੌਂਕੀ ਦੇ ਬੁਗੜੀ ਤੁਸੀਂ ਧਰਨਾ ਲਾਇਆ ਲਾਸ਼ ਰੱਖ ਕੇ? ਜਗਤਾਰ ਸਿੰਘ ਨੇ ਮੇਰੇ ਭਰਾ ਨੂੰ ਇੱਥੇ ਮਾਰਿਆ, ਮੰਡੀ ਦੇ ਲਾ ਕੇ ਵਾਰ ਵਾਰ ਪਰਖੀ ਮਾਰ ਕੇ ਨਾਲ ਭਰਾ ਸੀ ਉਹਦਾ, ਦੁਆਲੇ ਮੇਰੇ ਭਤੀਜੇ ਨੂੰ ਸੱਟਾਂ ਲਾਈਆਂ, ਉਹ ਪਿਆ ਅੰਮ੍ਰਿਤਸਰ। ਇਹ ਹੁਣ ਮੈਨੂੰ ਇਨਸਾਫ ਮਿਲਣਾ ਚਾਹੀਦਾ, ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ, ਉਹਨੂੰ ਫੜ ਕੇ ਲਿਆਓ, ਇੱਥੇ ਕਾਰਵਾਈ ਕੀਤੀ ਜਾਵੇ, ਉੱਥੇ ਪੂਰੀ ਸਖ਼ਤ। ਇਹ ਮੇਰੀ ਬੇਨਤੀ ਆ, ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ। ਮੇਰਾ ਇਨਸਾਫ, ਰਾਤ ਉਹ ਮੰਡੀ 'ਚ ਰਿਹਾ ਜੀ, ਪਤਾ ਲੱਗਾ ਇੱਥੋਂ ਬੱਚੇ ਉਹਦੇ ਲੈ ਕੇ ਗਿਆ ਵਾ, ਜ਼ਰੂਰ ਫੜੋ ਉਹਨੂੰ, ਫੜ ਕੇ ਲਿਆਓ, ਫਿਰ ਅਸੀਂ ਸੰਸਕਾਰ ਕਰਨਾ ਜੀ। ਇੰਨੀ ਮੇਰੀ ਬੇਨਤੀ ਆ ਜੀ। ਧੰਨਾ ਜੀ, ਇਹਦੀ ਕੱਲ੍ਹ ਜਿਹੜਾ ਤਕਰਾਰ ਹੋਇਆ ਵਾ ਆੜਤੀ ਨਾਲ, ਜਗਤਾਰ ਸਿੰਘ ਨਾਲ ਇਹਨਾਂ ਦਾ, ਉਹਦੇ ਸਬੰਧ 'ਚ ਜਿਹੜਾ ਉਹ ਨਾਲ ਹੀ FIR ਦਰਜ ਕਰਤੀ ਗਈ ਹੈ ਜੀ, 150 ਨੰਬਰ ਜੀ, ਦੋਵਾਂ ਜਣੇ 'ਤੇ ਹੋਈ ਜੀ, ਦੋਵਾਂ ਨੇ ਜਗਤਾਰ ਸਿੰਘ ਅਤੇ ਹਰਪਾਲ ਸਿੰਘ ਦੋਵਾਂ ਬ੍ਰਦਰਾਂ ਨੇ। ਅਤੇ ਪਰਿਵਾਰ ਦੇ ਦੋਸ਼ ਆ ਕਿ ਦੋਸ਼ੀ ਜਿਹੜੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ, ਉਸ ਨੂੰ ਮੁੱਖ ਰੱਖਦੇ ਹੋਏ ਅੱਜ ਪੁਲਿਸ ਚੌਂਕੀ ਸਭਰਾਂ ਦੇ ਧਰਨਾ ਲਗਾਇਆ ਗਿਆ ਜੀ। ਇਹ ਵੇਖੋ ਜੀ, ਜਦੋਂ ਨਾਲ ਹੀ ਮੁਕੱਦਮਾ ਦਰਜ ਕਰਕੇ ਅਤੇ ਦੋ ਤਿੰਨ ਟੀਮਾਂ ਇਸ ਕਰਕੇ ਬਣਾਤੀਆਂ SHO ਸਾਹਿਬ ਨੇ, ਸੰਬੰਧਿਤ ਜਿਹੜੇ ਕਿਸੇ ਰਿਸ਼ਤੇਦਾਰਾਂ ਅਤੇ ਉਹਨਾਂ ਦੇ ਘਰ ਵੀ ਰੇਡ ਕੀਤੇ ਗਏ ਆ ਕਿ ਉਹ ਪਰਿਵਾਰ ਸਮੇਤ ਜਿਹੜੇ ਆ ਵੀ ਅਣਦਸੀ ਜਗ੍ਹਾ ਦੇ ਘਰੇ ਚਲੇ ਗਏ ਜੀ। ਅਤੇ ਫਿਰ ਵੀ ਹੁਣ ਵੀ ਜਿਹੜਾ ਮੌਕੇ 'ਤੇ ਆ ਕਿ ਇੱਕ ਟੀਮ ਜਿਹੜੀ ਆ ਬਾਹਰ ਗਈ ਆ, ਰੇਡ ਕੀਤੇ ਜਾ ਰਹੇ ਆ ਜੀ, ਜਲਦ ਤੋਂ ਜਲਦੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਆ ਇਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ।